ਅੱਧੀ ਰਾਤ ਨੂੰ ਲੁਟੇਰਿਆਂ ਨੇ ਘੇਰ ਲਿਆ ਵਪਾਰੀ, ਲੁੱਟ ਕੇ ਲੈ ਗਏ ਲੱਖਾਂ ਦੀ ਨਕਦੀ। ਦੱਸਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਚੋਰਾਂ ਨੇ 12 ਵਜੇ ਦੇ ਕਰੀਬ ਇੱਕ ਵਪਾਰੀ ਨਾਲ ਲੁੱਟ ਕੀਤੀ ਹੈ, ਜਿਸ ਕੋਲੋਂ ਇਹ ਲੱਖਾਂ ਦੀ ਨਕਦੀ ਖੋਹ ਲੈਂਦੇ ਨੇ ਤੇ 4 ਦੇ ਕਰੀਬ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਜਿੱਥੇ ਇਹਨਾਂ ਵੱਲੋਂ ਤੇਜ਼ ਧਾਰ ਹਥਿਆਰਾਂ ਦੇ ਦਮ ਤੇ ਲੱਖਾਂ ਦੀ ਨਕਦੀ ਦੀ ਲੁੱਟ ਕੀਤੀ ਗਈ ਹੈ। ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਪੀੜਿਤ ਵਪਾਰੀ ਨੇ ਦੱਸਿਆ ਕਿ ਉਸ ਨੂੰ ਰੋਜ਼ਾਨਾ ਏਜੰਸੀ ਬੰਦ ਕਰਦੇ ਨੂੰ 11 ਵੱਜ ਜਾਂਦੇ ਨੇ, ਪਰ ਵੀਰਵਾਰ ਨੂੰ ਕੰਮ ਜ਼ਿਆਦਾ ਹੋਣ ਕਰਕੇ ਉਹ ਲੇਟ ਹੋ ਗਿਆ ਤੇ ਰਾਤ ਉਸ ਨੂੰ 12 ਵੱਜ ਗਏ ਤੇ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੀ ਗੱਡੀ ਇੰਡੈਵਰ ਦੇ ਵਿੱਚ ਬੈਠਣ ਲੱਗਿਆ ਤਾਂ ਇਸ ਦੌਰਾਨ ਉਸਨੇ ਪੈਸਿਆਂ ਵਾਲਾ ਬੈਗ ਕਾਰ ਦੇ ਅੰਦਰ ਰੱਖ ਦਿੱਤਾ, ਜਿਸ ਤੋਂ ਬਾਅਦ ਵਿੱਕੀ ਨੇ ਆਪਣੀ ਕਾਰ ਦਾ ਗੇਟ ਖੋਲ੍ਹ ਕੇ ਆਪਣੇ ਵਰਕਰ ਨੂੰ ਕਿਸੇ ਕੰਮ ਤੋਂ ਬੁਲਾਇਆ, ਜਿਸ ਤੋਂ ਬਾਅਦ ਇੱਕ ਨੌਜਵਾਨ ਉਸਦੇ ਕੋਲ ਆ ਕੇ ਖੜਾ ਹੋ ਜਾਂਦਾ ਤੇ ਵਿੱਕੀ ਨੇ ਦੱਸਿਆ ਪਹਿਲਾਂ ਉਸਨੂੰ ਲੱਗਿਆ ਕਿ ਉਹ ਉਸਦਾ ਕੋਈ ਜਾਣਕਾਰ ਹੈ, ਫਿਰ ਇੱਕਦਮ ਉਹ ਨੌਜਵਾਨ ਸਾਈਡ ਤੋਂ ਤੇਜ਼ ਧਾਰ ਹਥਿਆਰ ਕੱਢ ਕੇ ਉਸ ਤੇ ਲਗਾ ਦਿੰਦਾ ਤੇ ਹਮਲਾ ਕਰਨ ਦੀ ਧਮਕੀ ਦੇਣ ਲੱਗ ਜਾਂਦਾ। ਇਸ ਤੋਂ ਬਾਅਦ ਉਸਦੇ 3 ਹੋਰ ਸਾਥੀ ਆ ਜਾਂਦੇ ਨੇ ਤੇ ਉਸਨੂੰ ਧਮਕਾਉਣ ਲੱਗ ਜਾਂਦੇ ਨੇ ਤੇ ਕਾਰ ਦੇ ਅੰਦਰ ਪਏ ਪੈਸਿਆਂ ਵਾਲਾ ਬੈਗ ਲੈ ਕੇ ਉਹ ਫਰਾਰ ਹੋ ਜਾਂਦੇ ਨੇ ਤੇ ਥੈਲੇ ਦੇ ਵਿੱਚ ਕਰੀਬ 7.5 ਲੱਖ ਰੁਪਇਆ ਕੈਸ਼ ਸੀ ਤੇ ਮੋਬਾਈਲ ਫੋਨ ਸੀ ਤੇ ਨਾਲ ਉਸਦੇ ਏਜੰਸੀ ਦੇ ਅੰਦਰ ਦੀਆਂ ਕੁਝ ਚਾਬੀਆਂ ਵੀ ਸੀ। ਵਿੱਕੀ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਹੈ ਤੇ ਦੱਸਿਆ ਕਿ ਲੁਟੇਰਾ ਜਿਹੜਾ ਸਭ ਤੋਂ ਪਹਿਲਾਂ ਆਇਆ ਸੀ ਉਸਦੇ ਕੋਈ ਵੀ ਮਾਸਕ ਨਹੀਂ ਪਾਇਆ ਸੀ, ਜਦਕਿ ਦੂਸਰੇ 3 ਲੁਟੇਰੇ ਜੋ ਕਿ ਬਾਅਦ ਦੇ ਵਿੱਚ ਆਏ ਸੀ ਉਹਨਾਂ ਦੇ ਮੂੰਹ ਢੱਕੇ ਹੋਏ ਸੀ, ਜਿਸ ਤੋਂ ਬਾਅਦ ਹੁਣ ਪੁਲਿਸ ਜਗ੍ਹਾ ਜਗ੍ਹਾ ਤੇ CCTV ਖੰਗਾਲ ਰਹੀ ਹੈ ਤੇ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਦੁਕਾਨ ਤੋਂ ਨਿਕਲਿਆ ਆਪਣੀ, ਠੀਕ ਹੈ ਜੀ, ਤੇ ਦੁਕਾਨ ਜਿਵੇਂ ਰੂਟੀਨ ਆ ਕੇ ਜਾਂਦਾ, ਥੋੜ੍ਹਾ ਲੇਟ ਆ, ਥੋੜ੍ਹਾ ਜ਼ਿਆਦਾ ਲੇਟ ਹੋ ਗਿਆ ਤੇ ਉਹ ਪੇਮੈਂਟਾਂ ਬਾਹਰ ਜਾਂਦੀਆਂ ਗੱਡੀਆਂ ਤੋਂ ਪੇਮੈਂਟਾਂ ਆਉਂਦੀਆਂ ਤੇ ਮੈਂ ਕਿਹਾ ਜੋ ਪੇਮੈਂਟ ਲੈ ਕੇ ਜਾਂਦਾ, ਗੱਡੀ ਮੇਰੀ ਲੱਗੀ ਸੀ ਪੱਲੇ ਪਾਸੇ ਜੀ, ਤੇ ਉਹ ਗੱਡੀ ਜੋ ਮੈਂ ਜੋ ਬੈਠਣ ਲੱਗਾ ਤੇ ਮੈਂ ਦਰਵਾਜ਼ਾ ਖੋਲ੍ਹ ਕੇ ਪਿੱਛੇ ਥੈਲਾ ਰੱਖਿਆ ਜੇ ਤੇ ਮੈਨੂੰ ਕੋਈ ਥੋੜ੍ਹਾ ਕੰਮ ਲੱਗਾ ਸੀ, ਮੇਰੀ ਮੈਂ ਭਾਈ ਨੂੰ ਆਵਾਜ਼ ਮਾਰ ਕੇ ਥੋੜ੍ਹਾ ਕੰਮ ਪੁੱਛਣਾ ਸੀ, ਉਹ ਥੈਲਾ ਦਰਵਾਜ਼ਾ ਖੁੱਲ੍ਹਾ ਹੀ ਸੀ ਤੇ ਇੱਕ ਯਕਦਮ ਇੱਕ ਮੁੰਡਾ ਮੇਰੇ ਕੋਲ ਆ ਕੇ ਨਾ ਮੇਰੇ ਨਾਲ ਹੀ ਖੜ ਹੋ ਗਿਆ ਯਕਦਮ ਹੀ, ਮੈਨੂੰ ਮਤਲਬ ਪਤਾ ਨਹੀਂ ਲੱਗਾ ਵੀ ਕਦੋਂ ਆਇਆ ਹਨੇਰੇ 'ਚ, ਤਾਂ ਉਹਨੇ ਦੱਤ ਇੱਦਾਂ ਮੇਰੇ ਕੱਢੀ ਨਾ, ਜੋ ਮੈਂ ਜੋ ਦੱਤ ਦੇਖੀ ਮੈਂ ਸਮਝ ਗਿਆ ਵੀ ਪੈ ਗਿਆ ਮੈਨੂੰ, ਅਤੇ ਉਸ ਚੁੱਕ ਮੈਂ ਕੁਛ ਕਹਿ ਕਰਦਾ ਜਿਵੇਂ, ਅਤੇ ਉਸ ਤੋਂ ਬਾਅਦ 2-3 ਮੁੰਡੇ ਹੋਰ ਉਹ ਵੀ ਉਹਨਾਂ 'ਚੋਂ 3 'ਚੋਂ ਇੱਕ ਮੁੰਡੇ ਨੇ ਦੱਤ ਰੋੜ ਫੜੀ ਹੋਈ ਸੀ ਤਾਂ ਦੋਨੇ ਮੇਰੇ ਮਾਰ ਲੱਗੇ, ਅਤੇ ਉਹ ਦਰਵਾਜ਼ਾ ਖੁੱਲ੍ਹਾ ਸੀ ਪਰ ਉਹਨਾਂ ਨੇ ਮੇਰੇ ਦੱਤ ਤਾਂ ਨਹੀਂ ਮਾਰੀ, ਪਰ ਉਹ ਜੋ ਦਰਵਾਜ਼ਾ ਖੁੱਲ੍ਹਾ ਹੋਣ ਕਰਕੇ ਥੈਲਾ ਲੈ ਕੇ ਮੇਰਾ ਭੱਜ ਗਏ, ਉਹ 'ਚ ਮੇਰਾ ਕੈਸ਼ ਮੋਬਾਈਲ ਬਾਕੀ ਕਾਪੀਆਂ ਜੁੜੀ ਕਾਪੀਆਂ ਹਿਸਾਬ ਤੱਕ ਦਰਵਾਜ਼ਾ ਹੈਗਾ ਸੀ ਉਹ ਬੈਸ ਥੈਲਾ, ਅਤੇ ਮੈਂ ਉੱਥੋਂ ਮੈਂ ਦੌੜਿਆ ਮਗਰ ਉਹਨਾਂ ਦੇ ਬਾਹਰ ਸਾਹਮਣੇ ਕੰਧ ਟੁੱਟੀ ਹੋਈ ਹੈ ਅਤੇ ਉਹ ਪੈਦਲ ਦੌੜੇ ਨੇ ਉਹ ਵੀ ਬੜੀ ਤੇਜ਼ ਦੌੜੇ, ਮੈਂ ਮਗਰ ਦੌੜਾ ਬਹੁਤ ਪਾਇਆ ਮੈਂ, ਪਰ ਹਨੇਰਾ ਹੋਣ ਕਰਕੇ ਬੰਦਾ ਉੱਥੇ ਟਾਈਮ ਜ਼ਿਆਦਾ ਹੋਣ ਕਰਕੇ ਕੋਈ ਵੀ ਹੈ ਨਹੀਂ ਸੀ, ਅਤੇ ਉਹ ਮੋਟਰਸਾਈਕਲ 2 ਮੋਟਰਸਾਈਕਲ ਉੱਥੋਂ ਚੱਕ ਕੇ ਨਾ ਬਾਹਰ ਮੰਡੀ ਉਹ ਗਏ ਤੋਂ ਬਾਅਦ ਉੱਥੋਂ ਲੈ ਕੇ ਦੌੜ ਗਏ ਉਸ ਟਾਈਮ ਹੀ ਮਾਰਕੀਟ ਦੇ ਅੰਦਰ, ਉਹ ਪੈਦਲ ਹੀ ਆਏ ਸੀਗੇ, ਪੈਦਲ ਇੱਦਾਂ ਨਾ ਉੱਧਰੋਂ ਪੈਦਲ ਹੀ ਆਏ ਹੁੰਦੇ ਨਾ, ਉਦੋਂ ਉੱਥੋਂ ਤੋਂ ਮੋਟਰਸਾਈਕਲ ਲਾ ਕੇ ਜੇ ਪੈਦਲ ਹੀ ਆਏ ਹੁੰਦੇ ਆ, ਮੈਂ ਤਾਂ ਹੁਣ ਦੁਕਾਨ 'ਤੇ ਆਪਣੇ ਕੰਮ ਲੱਗਾ ਸੀ, ਉਹ ਮੈਨੂੰ ਲੱਗਦਾ ਮੈਨੂੰ ਜਿਵੇਂ ਨਾ ਵੇਟ ਕਰ ਰਹੇ ਸੀ ਵੀ ਦੁਕਾਨ ਲਾ ਕੇ ਜਾਵੇ, ਰੇਕੀ ਕਰ ਰਹੇ ਸੀ ਤੁਹਾਡੀ, ਰੇਕੀ ਰੇਕੀ ਮੇਰੇ ਹਿਸਾਬ ਨਾਲ ਪੂਰੀ ਰੇਕੀ ਨਾ, ਅੱਗੇ ਵੀ ਕਦੀ ਦੇਖੇ? ਅੱਗੇ ਨਹੀਂ ਮੈਂ ਦੇਖੇ, ਅੱਗੇ ਤਾਂ ਮੇਰੇ ਨਾਲ ਚਲੋ ਇੱਦਾਂ ਕਦੇ ਹੋਇਆ ਵੀ ਨਹੀਂ ਹੈਗਾ ਦਾਦਾ, ਪਰ ਉੱਦਾਂ ਖਬਰਾਂ ਤਾਂ ਬੜੀਆਂ ਆ ਰਹੀਆਂ ਸੀ। ਪਰ ਦੁਕਾਨ 9 ਵਜੇ ਬੰਦ ਕਰਦੇ ਹੋ ਰੋਜ਼? ਦੁਕਾਨ ਕਦੀ 11 ਵਜੇ ਕਦੀ 11:30 ਵਜੇ, ਥੋੜ੍ਹਾ ਜ਼ਿਆਦਾ ਲੇਟ ਹੋ ਗਿਆ ਸੀ। ਅਤੇ ਜਦੋਂ ਇਹ ਵਾਰਦਾਤ ਹੋਈ ਕੋਈ ਤੁਹਾਡਾ ਦੁਕਾਨ ਦੇ ਕਰਮਚਾਰੀ ਜਾਂ ਹੋਰ ਕੋਈ ਨਾਲ ਨਹੀਂ ਸੀ? ਇੱਕ ਹੈਗਾ ਅਜੀਤ ਹੈਗਾ ਸੀ, ਉਹ ਮਤਲਬ ਦੁਕਾਨ ਵਧਾ ਰਿਹਾ ਸੀ, ਤਾਲ ਲਾ ਰਿਹਾ ਸੀ। ਅੱਛਾ, ਅਤੇ ਉਹ ਸਗੋਂ ਨੂੰ ਮੈਂ ਉਹਨੇ ਆਵਾਜ਼ ਸੁਣ ਕੇ ਆਇਆ ਦੌੜੇ ਆਪਾਂ, ਮਗਰ ਦੌੜੇ ਉਹਨਾਂ ਮਗਰ ਰੋਲਾ ਪਾਇਆ, ਪਰ ਉਹ ਬੜੀ ਜਲਦੀ ਦੌੜ ਗਏ ਸੀ। ਕਿਹੜੇ ਪਾਸੇ ਭੱਜੇ ਲੁਟੇਰੇ ਜਿਹੜੇ? ਇਹ ਸਾਹਮਣੇ ਕੰਧ ਟੁੱਟੀ ਹੈਗੀ ਹੈ, ਇਹ ਸਾਡੀ ਦੁਕਾਨ ਦੇ ਸਾਹਮਣੇ ਕੰਧ, ਮੰਡੀ ਕੰਧ ਵਿੱਚੋਂ ਗੈਪ ਹੈਗਾ ਵਿੱਚ, ਤੋਂ ਮੋਟਰਸਾਈਕਲ ਉੱਥੋਂ ਲਾ ਕੇ ਉੱਥੋਂ ਮਤਲਬ ਲਾਏ ਸੀ ਉਹਨਾਂ ਨੇ ਮੋਟਰਸਾਈਕਲ ਚੱਕ ਕੇ ਨਾਲ ਦੌੜ ਗਏ ਉੱਥੋਂ, ਉਹ ਗੱਡੀਆਂ ਕੋਲ ਲੱਗੇ। ਤੇ ਟੋਟਲ ਕਿੰਨੇ ਕੁ ਬੰਦੇ ਸੀਗੇ? 4 ਮੁੰਡੇ ਸੀ। ਤੇ ਜਿਹਨੇ ਦਾਤ ਦਿਖਾਈ ਪਹਿਲਾਂ ਇੱਕੋ ਹੀ ਮੁੰਡਾ ਆਇਆ ਸੀਗਾ? ਇੱਕ ਮੁੰਡਾ ਯਕਦਮ ਹੀ ਹਨੇਰੀ 'ਚ ਆ ਗਿਆ ਨਾ, ਮੇਰਾ ਮੈਂ ਗੱਡੀ ਮੈਂ ਹਜੇ ਮੈਂ ਥੈਲਾ ਜਿਵੇਂ ਰੱਖਿਆ ਤਾਂ ਦਰਵਾਜ਼ਾ ਖੁੱਲ੍ਹਾ ਹੀ ਪਿਆ ਸੀ,
ਤੇ ਜੋ ਮੈਂ ਕਹਿੰਦਾ ਮੈਂ ਕਿਹਾ ਵਾਧੇ ਨਾਲ ਹੀ ਮੇਰੇ ਨਾਲ ਹੀ ਕੋਲ ਹੋ ਗਿਆ। ਮੈਂ ਕਿਹਾ ਮੇਰਾ ਸ਼ਾਇਦ ਕੋਈ ਵਾਕਫ ਆਇਆ ਜਿਵੇਂ ਹੁੰਦਾ ਨਾ ਕੋਈ ਯਾਦ ਦੋਸਤ ਆ ਗਿਆ ਜਿਵੇਂ, ਪਰ ਉਹ ਯਕਦਮ ਹੀ ਜੋ ਦੇਖਿਆ ਮੈਂ ਦੇਖਿਆ ਮੈਨੂੰ ਮਹਿਸੂਸ ਹੋਇਆ ਨਹੀਂ, ਪਰ ਉਹ ਜੋ ਉਹਨੇ ਦਫ਼ਤਰ ਕੱਢੀ ਇੱਦਾਂ ਕੱਢੀ ਮੈਂ ਸਮਝ ਗਿਆ ਵੀ ਇਹ ਲੁਟੇਰੇ ਹੈਗੇ ਨੇ। ਅਤੇ ਇੱਕ ਮੁੰਡਾ ਹੋਰ ਸੀ ਨਾਲ, ਉਹ ਵੀ ਅਤੇ ਨਾਲ ਦੋ ਮੁੰਡੇ ਹੋਰ ਆ ਗਏ, ਉਹਨੇ ਦਫ਼ਤਰ ਫੜੀ ਹੋਈ ਸੀ। ਇਹ ਕਿੰਨੇ ਕੁ ਵਜੇ ਦੀ ਘਟਨਾ ਹੈਗੀ? ਇਹ 12 ਵਜੇ ਪੂਰੇ। ਅਤੇ ਕੋਈ ਤੁਹਾਡੀ ਦੁਕਾਨ 'ਤੇ ਕੈਮਰਾ ਲੱਗਿਆ, CCTV ਕੋਈ? ਹਾਂਜੀ ਕੈਮਰੇ ਇੱਦਾਂ ਲੱਗੇ ਤਾਂ ਹੋਏ ਨੇ, ਪਰ ਉਹ ਮੇਰੀ ਕਾਰ ਸ਼ਹਿਰ ਦੀ ਦੁਕਾਨ 'ਤੇ ਹੈਗੀ ਸੀ ਅਤੇ 9 ਨੰਬਰ ਦੁਕਾਨ 'ਤੇ ਨਾ ਕੈਮਰਾ ਲੱਗਾ ਹੈ। ਉਹ ਕੈਮਰਾ ਉਹਨਾਂ ਨੂੰ ਕੀਤਾ ਫੋਨ, ਚੱਕਦੇ ਨੇ ਪਏ ਸਵੇਰੇ, ਰਿਕਾਰਡਿੰਗ ਮਿਲ ਜਾਏਗੀ। ਕੋਈ ਕੈਮਰਾ ਬਿਲਕੁਲ ਸਾਹਮਣੇ ਲੱਗਾ ਉਹਨਾਂ ਦੀ ਕਾਰ ਦੇ। ਮੁੰਡਿਆਂ ਨੇ ਚਿਹਰੇ ਢੱਕੇ ਹੋਏ ਸੀ, ਨਕਾਬ ਪੋਸ਼ ਸੀ? ਨਹੀਂ ਮੈਂ ਨਾ ਐਕਚੁਅਲੀ ਜਿਹੜਾ ਮੇਰੇ ਕੋਲ ਪਹਿਲਾ ਮੁੰਡਾ ਆਇਆ ਉਹਨੇ ਨਹੀਂ ਢੱਕਿਆ ਸੀ ਚਿਹਰਾ, ਅਤੇ ਬਾਕੀ ਦਾ ਵੀ ਮੈਨੂੰ ਲੱਗਾ ਨਹੀਂ ਚਿਹਰੇ ਢੱਕੇ ਨਹੀਂ ਹੈਗੇ। ਹਾਲਾਂਕਿ ਮੈਨੂੰ ਕਈਆਂ ਨੇ ਕਿਹਾ ਵੀ ਪਹਿਲਾਂ ਮੁੰਡੇ ਇੱਥੇ ਘੁੰਮਦੇ ਪਏ ਸੀ, ਉਹਨਾਂ ਨੇ ਮੂੰਹ ਢੱਕੇ ਸੀ। ਉਹ ਕਹਿੰਦੇ ਅੱਧੇ 1.5 ਘੰਟੇ ਤੋਂ ਘੁੰਮ ਰਹੇ ਸੀ। ਛੋਟੀ ਉਮਰ ਦੇ ਮੁੰਡੇ ਸੀ? ਮਤਲਬ ਜੰਗ ਮੁੰਡੇ ਸੀ। 7 ਤੋਂ 8 ਲੱਖ ਦੇ ਵਿੱਚ ਕੈਸ਼ ਸੀਗਾ ਬੈਗ 'ਚ, ਉਹ ਜਿਹੜਾ ਲੈ ਕੇ ਅਤੇ ਭੱਜ ਗਿਆ। ਮੌਕੇ 'ਤੇ ਪੁਲਿਸੀ ਆ ਰਿਹਾ, ਉਹਨਾਂ ਨੇ ਤਲਾਹ ਮਿਲੀ ਸੀ, ਵਿਦਿਨ 5 ਮਿੰਟ ਆ ਗਿਆ ਚੈਕਿੰਗਾਂ ਮੇਰੀ। ਸੰਜੀਵ ਜੀ, ਅੱਜ ਦਿਨ ਲੁੱਟਾਂ ਜਿਹੜੀਆਂ ਐਡੀਆਂ ਵੱਧ ਰਹੀਆਂ ਨੇ, ਇਹਦੇ 'ਤੇ ਕਦੋਂ ਲਗਾਮ ਲਗਾਈ ਜਾਏਗੀ? ਅਜੇ ਤਾਂ ਜਿਹੜੇ ਕਮਿਸ਼ਨਰ ਸਾਹਿਬ ਬਹੁਤ ਸਖਤ ਹੈ, ਫਿਰ ਵੀ ਅੱਜ ਦਿਨ ਲੁੱਟਾਂ ਜਿਹੜੀਆਂ ਵਾਰਦਾਤਾਂ ਹੁੰਦੀਆਂ ਪਈਆਂ? ਅਤੇ ਸਾਰੇ ਨਸ਼ੇ ਆ, ਦੇਖੋ ਜੀ 12:30 ਹੋ ਗਏ ਆ ਜੀ, ਅਤੇ ਟਾਈਮਿੰਗ ਜਿਹੜੀ ਆ ਸ਼ੋਪਸ ਦੀ ਉਹ ਵੀ ਤਾਂ ਪਹਿਲਾਂ ਦੀ ਆ ਜੀ। ਅਸੀਂ ਲੇਟ ਆਵੇ ਬਿਨਾਂ ਕੋਈ ਸਿਕਿਉਰਿਟੀ ਤਾਂ ਆਪਾਂ ਨੂੰ ਫਿਰ ਰੱਖਣੀ ਚਾਹੀਦੀ, ਭਾਵੇਂ ਪ੍ਰਾਈਵੇਟ ਰੱਖੀਏ। ਅੱਛਾ ਜੀ, ਅਤੇ ਮੇਰੇ ਕਹਿਣ ਦਾ ਮਤਲਬ ਹੈ ਕਿ ਲੁੱਟਾਂ ਕਿੱਦਾਂ ਲੋਕ ਸੇਫ ਨੇ? ਰੋਜ਼ ਹੁੰਦੀਆਂ ਇਸ ਪੁਲ ਦੀ, ਜਿਹੜਾ DAV ਕਾਲਜ ਫਲਾਈਓਵਰ ਹੈ, ਇੱਥੇ ਤਾਂ ਅੱਜ ਦਿਨ ਵਪਾਰੀਆਂ ਲੁੱਟਿਆ ਜਾਂਦਾ, ਸਵੇਰੇ 4 ਵਜੇ ਲੁੱਟਿਆ ਜਾਂਦਾ, ਔਰ ਅੱਜ ਦੇਰ ਰਾਤ ਹੈ ਕਿਉਂਕਿ ਵਪਾਰੀਆਂ ਦਾ ਕੰਮ ਹੈ ਰਾਤ ਨੂੰ ਸਬਜ਼ੀ ਮੰਡੀ ਦੇ ਵਪਾਰੀਆਂ ਦਾ ਕੰਮ ਲੱਗੀ। ਇੱਕ ਪੁਆਇੰਟ ਫਿਕਸ ਹੁੰਦਾ ਜੀ, ਫੋਰਸ ਹੈ ਆਪਣੀ ਲੱਗੀ ਜੀ, ਹਰ ਬੰਦੇ ਦੇ ਨਾਲ ਤਾਂ ਜਾ ਨਹੀਂ ਸਕਦੀ, ਲੇਕਿਨ ਕੁਛ ਇਹਨਾਂ ਨੂੰ ਆਪ ਵੀ ਸਿਕਿਉਰਿਟੀ ਜਿਹੜੀ ਆ ਆਪਣੀ ਕਰਨੀ ਚਾਹੀਦੀ ਆ। ਠੀਕ ਹੈ, ਕਿਸ ਤਰ੍ਹਾਂ ਦੀ ਸਿਕਿਉਰਿਟੀ ਕਰਨ? ਜਿੱਦਾਂ ਵਪਾਰੀ ਹੈ ਦੇਰ ਰਾਤ ਨੂੰ ਆਉਣਾ ਜਾਣਾ, ਇਹਨਾਂ ਨੇ ਸਾਰੀ ਗੱਡੀਆਂ ਲਵਾਉਣੀਆਂ ਹੁੰਦੀਆਂ ਇਹਨਾਂ ਨੇ ਮੰਡੀ ਮਸੂਦਾ ਮੰਡੀਆਂ ਨੇ, ਇਹਨੇ ਕਿੱਦਾਂ ਆਪਣੀ ਸਿਕਿਉਰਿਟੀ? ਦੇਖੋ ਜੀ, ਜਿਹੜੀ ਪੇਮੈਂਟ ਆ, ਪੇਮੈਂਟ ਤੇ ਇੰਨੀ ਹੈਵੀ ਲੈ ਕੇ ਜੇ ਚੱਲਣਾ ਵਾ ਜਾਂ ਦੇ ਟਾਈਮ ਨਾਲ ਜਮ੍ਹਾਂ ਕਰਵਾ। ਸਰ ਇਦਾਂ ਕਿ ਰਾਤ ਨੂੰ ਇਹਨਾਂ ਦੀ ਗੱਡੀਆਂ ਆਉਂਦੀਆਂ ਨੇ, ਉਹਦੇ 'ਚ ਮਾਲ ਆਉਂਦਾ, ਮਾਲ ਦੀ ਪੇਮੈਂਟ ਨਹੀਂ ਆਉਂਦੀ, ਕਿੱਦਾਂ ਸੇਫ ਦੀ ਪੇਮੈਂਟ? ਸਵੇਰੇ ਮਾਲ ਲਵਾਉਣਾ ਹੁੰਦਾ ਵੀਚ ਨਾਲ। ਇਹ ਇੱਕ ਸਵਾਲੀਆ ਨਿਸ਼ਾਨਾ, ਤੁਸੀਂ ਕਹਿੰਦੇ ਦੇਰ ਰਾਤ, ਇਹਨਾਂ ਦਾ ਕਾਰੋਬਾਰ ਹੀ ਇਦਾਂ? ਜਿਹੜਾ ਕਾਰੋਬਾਰ ਹੈ ਜੀ, ਦੇਖੋ ਜਿਹੜਾ ਕੋਈ ਸਸਪੈਕਟਡ ਪਰਸਨ ਆਉਂਦਾ ਵਾ ਉਹਨੂੰ ਤਾਂ ਇਹਨਾਂ ਹੀ ਦੇਖਣਾ। ਠੀਕ ਹੈ ਜੀ, ਠੀਕ ਹੈ ਜੀ, ਆਪਣੀ ਪੈਟਰੋਲਿੰਗ ਚੱਲ ਰਹੀ ਹੈ, ਇੰਨੀ ਮੰਡੀ ਦੇ ਵਿੱਚ 2-4 ਬੰਦੇ ਜਾਂ ਆਪਣੇ ਜਿਹੜੀ ਆ PCR ਜਾਂ ਜੂਲੋ ਗੱਡੀਆਂ ਵਾ ਘੁੰਮ ਕੇ ਹੀ ਹੋਣੀ ਆ ਜੀ, ਅਵੇਅਰ ਤਾਂ ਇਹਨਾਂ ਨੂੰ ਵੀ ਰਹਿਣਾ ਚਾਹੀਦਾ ਨਾ। ਠੀਕ, ਹੁਣ ਅਸੀਂ ਇਹਨਾਂ ਨੇ ਮੋਬਾਈਲ ਫੋਨ ਕਿਹਾ ਵਾ, ਉਹ ਅਸੀਂ ਟੈਗਿੰਗ 'ਤੇ ਲਵਾ ਦਿੱਤਾ, ਜਿਸ ਤਰ੍ਹਾਂ ਇਹ ਆ ਕੋਈ ਲੋਕੇਸ਼ਨ ਮਿਲਦੀ ਆ ਹਾਂਜੀ, ਉਹਦੇ ਹਿਸਾਬ ਨਾਲ ਕੋਸ਼ਿਸ਼ ਕਰਾਂਗੇ ਫੜਿਆ ਜਾਵੇ ਬੰਦੇ।